ਸਤਿ ਸ੍ਰੀ ਅਕਾਲ ਜੀ। ਅੱਜ ਆਪਾਂ ਜਿਸ ਫਿਲਮ ਦੀ ਗੱਲ ਕਰਨ ਲੱਗੇ ਹਾਂ ਉਹ ਹੈ ਜੀ ਤਮਿਲ ਫਿਲਮ ਮਹਾਰਾਜਾ। ਮਹਾਰਾਜਾ ਫਿਲਮ ਤਮਿਲ ਸਿਨੇਮਾ ਦੇ ਵਿੱਚ ਆਪਣੀ ਧਾਕ ਜਮਾਉਣ ਤੋਂ ਬਾਅਦ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕਾਂ ਦੇ ਮਨਮਸਤਕ ਉੱਤੇ ਛਾ ਜਾਂਦੀ ਹੈ। ਹਿੰਦੀ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਮਹਾਰਾਜਿਆਂ ਵਾਲੀ ਪਹੁੰਚ ਬਣਾਉਣ ਵਾਲੀ ਤਮਿਲ ਫਿਲਮ ਮਹਾਰਾਜਾ ਨੂੰ ਦਰਸ਼ਕ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ। ਖਾਸਕਰ ਇਸ ਦਾ ਜੋ ਥ੍ਰਿਲਰ ਹੈ, ਜੋ ਇਸ ਦਾ ਲੁਕਮਾ ਅੰਤ ਹੈ, ਉਹ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ, ਕਿਉਂਕਿ ਇਸ ਦਾ ਕਲਾਈਮੈਕਸ ਸੀਨ ਜੋ ਐਂਡ ਦੇ ਵਿੱਚ ਵਾਪਰਦਾ ਹੈ, ਉਹ ਦਰਸ਼ਕਾਂ ਦੀ ਸਮਝ ਤੋਂ ਪਰੇ ਦਾ ਵਾਪਰਦਾ ਹੈ। ਦਰਸ਼ਕ ਜਿਸ ਐਂਗਲ ਤੋਂ ਸੋਚ ਰਹੇ ਹੁੰਦੇ ਨੇ, ਉਸ ਤੋਂ ਬਿਲਕੁਲ ਵੱਖਰੇ ਐਂਗਲ ਤੋਂ ਇਹ ਫਿਲਮ ਦਰਸ਼ਕ ਨੂੰ ਆਪਣੇ ਨਾਲ ਨਾਲ ਲਈ ਤੁਰੀ ਜਾਂਦੀ ਹੈ। ਇਸ ਫਿਲਮ ਨੂੰ ਨਿਰਦੇਸ਼ਿਤ ਕੀਤਾ ਨਿਥਿਲਨ ਸਵਾਮੀਨਾਥਨ ਨੇ, ਅਤੇ ਤਮਿਲ ਐਕਸ਼ਨ ਥ੍ਰਿਲਰ ਫਿਲਮ ਜੋ ਹੈ, ਇਸ ਵਿੱਚ ਐਕਟਰ ਦੇ ਤੌਰ 'ਤੇ ਵਿਜੇ ਸੇਤੂਪਤੀ, ਅਨੁਰਾਗ ਕਸ਼ਯਪ ਅਤੇ ਸਾਚਨਾ ਨਾਮੀਦਾਸ, ਮਮਤਾ ਨਟਰਾਜਨ ਆਦਿ ਕਲਾਕਾਰਾਂ ਨੇ ਕੰਮ ਕੀਤਾ ਹੈ। ਇਸ ਵਿੱਚ ਮੁੱਖ ਭੂਮਿਕਾ ਦੇ ਵਿੱਚ ਵਿਜੇ ਸੇਤੂਪਤੀ ਨੇ, ਅਤੇ ਉਹਨਾਂ ਦੀ ਇਹ 50ਵੀਂ ਫਿਲਮ ਹੈ। ਇਸ ਕਰਕੇ ਇਸ ਫਿਲਮ ਦੀ ਫਰਵਰੀ 2023 ਦੇ ਵਿੱਚ ਅਨਾਊਂਸਮੈਂਟ ਸਮੇਂ ਇਸ ਦਾ ਨਾਂ ਜੋ ਹੈ VJS 50 ਰੱਖਿਆ ਗਿਆ ਸੀਗਾ, ਪਰ ਉਸ ਤੋਂ ਬਾਅਦ ਇਸ ਦਾ ਨਾਂ ਹੈ ਜੋ ਮਹਾਰਾਜਾ ਰੱਖ ਦਿੱਤਾ ਗਿਆ। ਜੇਕਰ ਗੱਲ ਕੀਤੀ ਜਾਵੇ ਇਸ ਫਿਲਮ ਦੀ ਕਹਾਣੀ ਦੀ, ਤਾਂ ਇਸ ਫਿਲਮ ਦੀ ਕਹਾਣੀ ਇੱਕ ਅਜਿਹੇ ਵੱਖਰੇ ਮੋੜ ਤੋਂ ਸ਼ੁਰੂ ਹੁੰਦੀ ਹੈ ਕਿ ਘਰ ਦੇ ਵਿੱਚ ਇੱਕ ਡਸਟਬੀਨ ਦੇ ਚੋਰੀ ਹੋਣ ਤੋਂ ਇਹ ਫਿਲਮ ਆਪਣੀ ਸ਼ੁਰੂਆਤ ਦੇ ਤੌਰ 'ਤੇ ਲੈਂਦੀ ਹੈ। ਪਰ ਉਸ ਡਸਟਬੀਨ ਦੇ ਪਿੱਛੇ ਕੀ ਕੁਛ ਲੁਕਿਆ ਹੁੰਦਾ ਹੈ, ਕੀ ਕੁਛ ਉਸ ਡਸਟਬੀਨ ਦੇ ਵਿੱਚ ਹੁੰਦਾ ਹੈਗਾ, ਇਸ ਨੂੰ ਦਰਸ਼ਕਾਂ ਦੇ ਨਾਲ ਨਾਲ ਆਪਣੇ ਨਾਲ ਤੋਰੀ ਲਈ ਜਾਂਦੀ ਹੈ ਇਹ ਫਿਲਮ। ਇਸ ਫਿਲਮ ਦੀ ਜੋ ਕਮਜ਼ੋਰੀ ਕਹਿ ਲਈਏ ਆਪਾਂ, ਉਹ ਇਹ ਹੈ ਕਿ ਸ਼ੁਰੂਆਤ ਦੇ ਵਿੱਚ ਦਰਸ਼ਕ ਥੋੜ੍ਹਾ ਜਿਹਾ ਇਸ ਫਿਲਮ ਤੋਂ ਅਕੇਵਾਂ ਮਹਿਸੂਸ ਕਰ ਸਕਦੇ ਨੇ। ਨੈੱਟਫਲਿਕਸ 'ਤੇ ਰਿਲੀਜ਼ ਹੋਈ ਇਹ ਸਸਪੈਂਸ ਕ੍ਰੀਏਸ਼ਨ ਫਿਲਮ ਸਸਪੈਂਸ ਨੂੰ ਆਪਣੇ ਅੰਦਰ ਇਸ ਕਦਰ ਲੁਕੋ ਕੇ ਰੱਖਦੀ ਹੈ ਕਿ ਦਰਸ਼ਕ ਉਸ ਦਾ ਅਨੁਮਾਨ ਲਾਉਣ ਵਿੱਚ ਵੀ ਅਸਫਲ ਰਹਿੰਦੇ ਨੇਗੇ। ਖਾਸ ਕਰਕੇ ਹਿੰਦੀ ਸਿਨੇਮਾ ਦੇ ਵਿੱਚ ਇਸ ਤਰ੍ਹਾਂ ਦੇ ਸਸਪੈਂਸ ਕ੍ਰੀਏਸ਼ਨ ਵਾਲੀਆਂ ਫਿਲਮਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ। ਨੈੱਟਫਲਿਕਸ ਦੇ ਉੱਤੇ ਰਿਲੀਜ਼ ਹੋਣ ਵਾਲੀ ਇਸ ਫਿਲਮ ਨੂੰ ਹਿੰਦੀ ਸਿਨੇਮਾ ਦੇ ਵਿੱਚ, ਸਿਨੇਮਾ ਘਰਾਂ ਦੇ ਵਿੱਚ ਘੱਟ ਪਸੰਦ ਕੀਤਾ ਗਿਆ ਸੀਗਾ, ਪਰ ਜਦੋਂ ਇਹ ਫਿਲਮ ਨੈੱਟਫਲਿਕਸ ਦੇ ਉੱਤੇ ਆਈ ਤਾਂ ਹਿੰਦੀ ਦਰਸ਼ਕਾਂ ਦੇ ਦਿਲੋ ਦਿਮਾਗ ਦੇ ਉੱਤੇ ਇਸ ਫਿਲਮ ਨੇ ਰਾਜ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਹਿੰਦੀ ਫਿਲਮ ਇੰਡਸਟਰੀ ਦੇ ਵਿੱਚ ਮਹਾਰਾਜਾ ਵਰਗੀਆਂ ਫਿਲਮਾਂ ਜੋ ਹੈ ਉਹ ਪਹਿਲਾਂ ਦ੍ਰਿਸ਼ਮ ਦੇ ਤੌਰ 'ਤੇ ਅਤੇ ਹੋਰ ਬਹੁਤ ਸਾਰੀਆਂ ਜੋ ਸਸਪੈਂਸ ਕ੍ਰੀਏਸ਼ਨ ਦੀਆਂ ਫਿਲਮਾਂ ਹੁੰਦੀਆਂ ਨੇ ਉਹਨਾਂ ਦੇ ਰੂਪ ਵਿੱਚ ਸਾਹਮਣੇ ਆ ਚੁੱਕੀਆਂ ਨੇ, ਪਰ ਮਹਾਰਾਜਾ ਜੋ ਹੈ ਉਹ ਆਪਣੇ ਅੰਤ ਨੂੰ ਵੱਖਰੇ ਤੌਰ 'ਤੇ ਪੇਸ਼ ਕਰਦੀ ਹੈ, ਤਾਂ ਕਰਕੇ ਉਹ ਦਰਸ਼ਕਾਂ ਦੇ ਵਿੱਚ ਬਹੁਤ ਮਕਬੂਲ ਹੁੰਦੀ ਹੈ। ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਆਏ ਹਾਂ ਕਿ ਇਸ ਫਿਲਮ ਦੇ ਸ਼ੁਰੂਆਤ ਤੋਂ ਦਰਸ਼ਕ ਅਕੇਵਾਂ ਮਹਿਸੂਸ ਕਰਦੇ ਨੇ, ਅਤੇ ਜੋ ਇਸ ਨੂੰ ਥੋੜ੍ਹਾ ਕਮਜ਼ੋਰ ਵੀ ਬਣਾਉਂਦੇ ਨੇ, ਪਰ ਫਿਰ ਇਸ ਤੋਂ ਬਾਅਦ ਜਿਹੜੀ ਇਸ ਦੇ ਕਲਾਕਾਰਾਂ ਦੀ ਅਦਾਕਾਰੀ ਹੈ ਅਤੇ ਇਸ ਦੇ ਵਿੱਚ ਡਾਇਲੋਗ ਨੇ ਜਿਹੜੇ ਉਹ ਇਸ ਕਦਰ ਨੋਰਮਲ ਕਰਕੇ ਲਿਖੇ ਗਏ ਨੇ, ਨੋਰਮਲ ਅਤੇ ਕੁਦਰਤੀ ਢੰਗ ਨਾਲ ਬਣਾਈ ਗਈ ਇਹ ਫਿਲਮ, ਜੋ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਹੀ ਹੈ, ਕਿਉਂਕਿ ਇਸ ਵਿੱਚ ਕੁਛ ਵੀ ਵੱਖਰੇ ਤੌਰ 'ਤੇ ਜਾਂ ਵੱਖਰਾ ਐਕਸ਼ਨ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਜਿਵੇਂ ਕਿ ਆਮ ਤੌਰ 'ਤੇ ਹਿੰਦੀ ਸਿਨੇਮਾ ਦੇ ਵਿੱਚ ਹੁੰਦਾ ਹੈਗਾ ਕਿ ਹੀਰੋ ਜੋ ਹੈ ਉਹ ਸਾਰਿਆਂ ਦੇ ਉੱਤੇ ਭਾਰੂ ਪੈਂਦਾ। ਇਸ ਵਿਚਲਾ ਹੀਰੋ ਸਾਰਿਆਂ ਦੇ ਉੱਤੇ ਭਾਰੂ ਪੈਣ ਦੀ ਬਜਾਏ ਸਾਰੇ ਇਸ ਹੀਰੋ ਦੇ ਉੱਤੇ ਭਾਰੂ ਪੈਂਦੇ ਨੇ, ਪਰ ਫਿਰ ਵੀ ਉਹ ਕਿਵੇਂ ਪੂਰੀ ਦੀ ਪੂਰੀ ਫਿਲਮ ਨੂੰ ਆਪਣੇ ਨਾਲ ਲਈ ਤੁਰੀ ਜਾਂਦਾ ਗਾ ਅਤੇ ਪੂਰੇ ਦੇ ਪੂਰੇ ਅੰਤ ਨੂੰ ਉਹ ਬਦਲ ਦਿੰਦਾ ਗਾ, ਅਤੇ ਇਹ ਕਮਾਲ ਦੀ ਰਚਨਾ ਜਿਹੜੀ ਹੈ ਉਹ ਮਹਾਰਾਜਾ ਫਿਲਮ ਆਪਣੇ ਤੌਰ 'ਤੇ ਪੇਸ਼ ਕਰ ਚੁੱਕੀ ਹੈ। ਸੋ ਬਾਕੀ ਦਰਸ਼ਕਾਂ ਨੂੰ ਇਹ ਅਸੀਂ ਰਾਏ ਦੇ ਸਕਦੇ ਹਾਂ ਕਿ ਨੈੱਟਫਲਿਕਸ ਦੇ ਉੱਤੇ ਜਾ ਕੇ ਤੁਸੀਂ ਇਹ ਮਹਾਰਾਜਾ ਫਿਲਮ ਦੇਖ ਸਕਦੇ ਹੋ, ਤੁਹਾਡਾ ਸਮਾਂ ਬਰਬਾਦ ਨਹੀਂ ਹੋਊਗਾ, ਅਤੇ ਇਸ ਲਈ ਅਸੀਂ ਇਸ ਫਿਲਮ ਨੂੰ 5 ਵਿੱਚੋਂ 4 ਨੰਬਰ ਦਿੰਦੇ ਹਾਂ। ਧੰਨਵਾਦ ਜੀ।